ਗੁਰੂ ਰੂਪ, ਗੁਰੂ ਪਿਆਰੀ, ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ। ਅਤੇ ਇਹ ਜੋ ਬੇਨਤੀਆਂ ਨੇ ਦਲਜੀਤ ਦੁਸਾਂਝ ਦੀ ਨਵੀਂ ਆਈ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਹੈ। ਜਿਵੇਂ ਹੀ ਇਹ ਫਿਲਮ ਨੈੱਟਫਲਿਕਸ ਦੇ ਉੱਪਰ ਆਈ ਤਾਂ ਉਸ ਤੋਂ ਬਾਅਦ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਜੋ ਸਿੱਖ ਜਥੇਬੰਦੀਆਂ ਵੀ ਕਰ ਰਹੀਆਂ ਨੇ, ਕਿਉਂਕਿ ਇਸ ਦੇ ਵਿੱਚ ਜ਼ਿਆਦਾਤਰ ਖਾੜਕੂ ਸਿੰਘਾਂ ਨੂੰ ਦਿਖਾਇਆ ਗਿਆ ਹੈ। ਹੁਣ ਜੋ ਮੇਨ ਵਿਵਾਦ ਹੈ ਉਹ ਚਮਕੀਲੇ ਦੇ ਪਰਿਵਾਰ ਵੱਲੋਂ ਉਠਾਇਆ ਗਿਆ ਹੈ। ਦੱਸ ਦਈਏ ਕਿ ਅਮਰ ਸਿੰਘ ਚਮਕੀਲੇ ਦੀ ਪਹਿਲਾਂ ਵਾਲੀ ਧਰਮ ਪਤਨੀ ਗੁਰਮੇਲ ਕੌਰ ਅਤੇ ਉਸ ਦਾ ਬੇਟਾ ਜੈਮਨ ਚਮਕੀਲਾ, ਜਿਸ ਨੇ ਦਲਜੀਤ ਦੁਸਾਂਝ ਨੂੰ ਫੋਨ ਲਗਾ ਕੇ ਸਰੇਆਮ ਗਾਲਾਂ ਕੱਢੀਆਂ ਨੇ। ਦੱਸ ਦਈਏ ਕਿ ਵਿਵਾਦ ਖੜ੍ਹਾ ਕਿਉਂ ਹੋਇਆ, ਆਖਿਰਕਾਰ ਇਹਨਾਂ ਦੋਨਾਂ ਵਿਚਕਾਰ ਇਹੋ ਜਿਹਾ ਕਿਹੜਾ ਮੁੱਦਾ ਆ ਗਿਆ ਜਿਸ ਦੇ ਚੱਲਦੇ ਚਮਕੀਲੇ ਦੀ ਪਹਿਲਾਂ ਵਾਲੀ ਧਰਮ ਪਤਨੀ ਗੁਰਮੇਲ ਕੌਰ ਨੇ ਅਤੇ ਬੇਟੇ ਜੈਮਨ ਚਮਕੀਲੇ ਨੇ ਦਲਜੀਤ ਦੁਸਾਂਝ ਨੂੰ ਗਾਲਾਂ ਕੱਢੀਆਂ। ਸਾਰੀਆਂ ਗੱਲਾਂ ਬਾਤਾਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ, ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਅੱਜ ਆਪਾਂ ਜ਼ਿਕਰ ਕਰਦੇ ਹਾਂ ਅਮਰ ਸਿੰਘ ਚਮਕੀਲੇ ਦੀ ਜੀਵਨੀ ਦੇ ਉੱਪਰ ਬਣੀ ਹੋਈ ਇੱਕ ਖਾਸ ਫਿਲਮ, ਜਿਸ ਦੇ ਵਿੱਚ ਕਿਰਦਾਰ ਨਿਭਾਇਆ ਹੈ ਪੰਜਾਬ ਦੇ ਮਸ਼ਹੂਰ ਐਕਟਰ ਦਲਜੀਤ ਦੁਸਾਂਝ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਨੀਤੀ ਚੋਪੜਾ ਨੇ। ਦੱਸ ਦਈਏ ਕਿ ਜਿਵੇਂ ਇਹ ਫਿਲਮ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਤਾਂ ਲਗਾਤਾਰ ਇਹ ਫਿਲਮ ਵਿਵਾਦਾਂ ਦੇ ਵਿੱਚ ਘਿਰਦੀ ਜਾ ਰਹੀ ਹੈ, ਕਿਉਂਕਿ ਇੱਕ ਤਾਂ ਇਸ ਫਿਲਮ ਦੇ ਵਿੱਚ ਜੋ ਅਸ਼ਲੀਲ ਸ਼ਬਦ ਵਰਤੇ ਗਏ ਨੇ ਉਹਨਾਂ ਸ਼ਬਦਾਂ ਦੇ ਕਰਕੇ ਜੋ ਆਪਣੇ ਸਮਾਜ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਸਿੱਖ ਜਥੇਬੰਦੀਆਂ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਨਾਰਾਜ਼ ਦਿਖਾਈ ਦੇ ਰਹੀਆਂ ਨੇ। ਤੇ ਦੱਸ ਦਈਏ ਕਿ ਉੱਥੇ ਚਮਕੀਲੇ ਦਾ ਜੋ ਪਰਿਵਾਰ ਹੈ, ਚਮਕੀਲੇ ਦੀ ਪਹਿਲਾਂ ਵਾਲੀ ਧਰਮ ਪਤਨੀ ਗੁਰਮੇਲ ਕੌਰ, ਉਸ ਨੂੰ ਲੈ ਕੇ ਵੀ ਜੋ ਫਿਲਮ ਦੇ ਵਿੱਚ ਕਾਫੀ ਕੁਝ ਦਿਖਾਇਆ ਗਿਆ ਹੈ ਕਿ ਕਿਵੇਂ ਜਦੋਂ ਚਮਕੀਲੇ ਨੇ ਦੂਜਾ ਵਿਆਹ ਕਰਵਾਇਆ ਸੀ ਤਾਂ ਉਸ ਤੋਂ ਬਾਅਦ ਗੁਰਮੇਲ ਕੌਰ ਛੱਡ ਕੇ ਚਲੀ ਗਈ ਸੀ। ਪਰ ਉੱਥੇ ਹੀ ਮੀਡੀਆ ਦੇ ਸਾਹਮਣੇ ਗੁਰਮੇਲ ਕੌਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਗੁਰਮੇਲ ਕੌਰ ਨੇ ਇਹ ਦੱਸਿਆ ਕਿ ਅਸੀਂ ਬਿਲਕੁਲ ਇਕੱਠੇ ਹੀ ਰਹਿੰਦੇ ਸੀ, ਇੱਕੇ ਹੀ ਘਰ ਦੇ ਵਿੱਚ, ਚਮਕੀਲੇ ਦੀ ਪਹਿਲਾਂ ਵਾਲੀ ਧਰਮ ਪਤਨੀ ਅਤੇ ਅਮਰਜੋਤ ਇਹ ਦੋਨੋਂ ਇੱਕੇ ਹੀ ਘਰ ਦੇ ਵਿੱਚ ਰਹਿੰਦੇ ਸੀ। ਸੋ ਦੱਸ ਦਈਏ ਕਿ ਬਾਕੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਅਫਵਾਹਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਨੇ, ਖਬਰਾਂ ਨੂੰ ਤੋੜ ਮਰੋੜ ਕੇ ਪੇਸ਼ ਵੀ ਕੀਤਾ ਜਾ ਰਿਹਾ ਹੈ। ਇੱਕ ਖਬਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਮਕੀਲੇ ਦੀ ਪਹਿਲਾਂ ਵਾਲੀ ਧਰਮ ਪਤਨੀ ਨੇ ਦਲਜੀਤ ਦੁਸਾਂਝ ਨੂੰ ਗਾਲਾਂ ਕੱਢੀਆਂ ਨੇ। ਤਾਂ ਦੱਸ ਦਈਏ ਕਿ ਕਿਸੇ ਵੀ ਅਦਾਰੇ ਨੇ ਇਹ ਖਬਰ ਨਹੀਂ ਚਲਾਈ ਅਤੇ ਸਾਡਾ ਚੈਨਲ ਵੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ। ਤੁਹਾਡੇ ਕੋਲ ਇਸ ਖਬਰ ਦੇ ਬਾਰੇ ਕੋਈ ਰਾਏ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।